सवेरे सवेरे सज तज के घरों निकले बराती अते फुल्लां वाली यह कार एक वड्डे हादसे का शिकार हुई, जिस दे विच लाड़े समेत बाकी दे रिश्तेदारां दी भी जान जाण दी दुखद घटना सामने आई है। देखण वालियां दी रूह कंप गई। तुसीं देख सकदे हो कि गड्डी दा किन्ना बुरा हाल है। एक खड़े ट्राले दे विच वज्जण तों बाद यह सारा हादसा होया, जिथे सारियां खुशियां गम दे विच तब्दील हो गईयां अते ਉਹ ਲਾੜੀ ਅਤੇ ਉਸਦਾ ਪਰਿਵਾਰ ਜੋ ਆਪਣੀ ਬਰਾਤ ਦਾ ਇੰਤਜ਼ਾਰ ਕਰ ਰਹੇ ਸਨ, ਉਹਨਾਂ ਦੇ ਕੰਨੀ ਜਦੋਂ ਇਹ ਖਬਰ ਪਈ ਤਾਂ ਉਹਨਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਗਿਆ। ਅੱਜ ਦਾ ਇਹ ਦਿਨ ਜਿਸਦਾ ਇੰਤਜ਼ਾਰ ਉਹ ਕਈ ਦਿਨਾਂ ਤੋਂ ਕਰ ਰਹੇ ਸਨ, ਸਾਰੀਆਂ ਤਿਆਰੀਆਂ ਮੁਕੰਮਲ ਸਨ, ਪਰ ਨਹੀਂ ਪਤਾ ਸੀ ਕਿ ਬਰਾਤ ਰਸਤੇ ਦੇ ਵਿੱਚ ਹੀ ਅਜਿਹੇ ਹਾਦਸੇ ਦਾ ਸ਼ਿਕਾਰ ਹੋਵੇਗੀ, ਜਿਸ ਦਾ ਦੁੱਖ ਉਹਨਾਂ ਨੂੰ ਜ਼ਿੰਦਗੀ ਭਰ ਸਤਾਉਂਦਾ ਰਹੇਗਾ। सवेरे सवेरे घर तो बरात लैके निकले दूल्हे समेत उसके चार रिश्तेदारां दी जान जाण दी दुखद खबर सामने आई। पता लग्या फाजिलका तो लुधियाणे नूं आ रहे सन। पंजाब दे मोगा दे विच अज सवेरे ही एक बेहद ही भयानक हादसा होया, जिसका शिकार ਵਿਆਹ ਵਾਲੀ ਗੱਡੀ ਹੋਈ ਹੈ। ਲਾੜੇ ਸਮੇਤ ਚਾਰ ਜਣਿਆਂ ਦੀ ਜਾਨ ਜਾਣ ਦੀ ਖਬਰ ਮਿਲੀ। ਲੁਧਿਆਣਾ ਫਿਰੋਜ਼ਪੁਰ ਮੇਨ ਰੋਡ 'ਤੇ ਅਜੀਤਵਾਲ ਦੇ ਕੋਲ ਇਹ ਘਟਨਾ ਵਾਪਰੀ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੋਗਾ ਪੁਲਿਸ ਜਾਂਚ ਦੇ ਲਈ ਮੌਕੇ 'ਤੇ ਪਹੁੰਚੀ। ਪੁਲਿਸ ਨੇ ਸਾਰੀਆਂ ਮ੍ਰਿਤਕ ਦੇਹਾਂ ਨੂੰ ਅੱਗੇ ਭੇਜ ਦਿੱਤਾ। ਦੱਸ ਦਈਏ ਕਿ ਇਸ ਘਟਨਾ ਦੀ ਜਾਣਕਾਰੀ ਪਰਿਵਾਰ ਨੂੰ ਦਿੱਤੀ ਜਾ ਚੁੱਕੀ ਹੈ, ਪਰ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਵਿਆਹ ਵਾਲੇ ਘਰ ਦੇ ਵਿੱਚ ਮਾਤਮ ਛਾ ਗਿਆ। ਘੋੜੀ ਚੜ੍ਹ ਕੇ ਵਿਆਹ ਵਾਲੀ ਗੱਡੀ ਦੇ ਵਿੱਚ ਆਪਣੀ ਨਵੀਂ ਲਾੜੀ ਨੂੰ ਲੈਣ ਜਾਂਦੇ ਹੋਏ ਬਰਾਤ ਦੇ ਨਾਲ ਅਜਿਹੀ ਘਟਨਾ ਵਾਪਰ ਗਈ ਹੈ ਜੋ ਕਦੇ ਵੀ ਭੁਲਾਈ ਨਹੀਂ ਜਾ ਸਕਦੀ। ਫਿਲਹਾਲ ਜਾਣਕਾਰੀ ਅਨੁਸਾਰ ਵਿਆਹ ਵਾਲੀ ਕਾਰ ਦੀ ਟੱਕਰ ਖੜ੍ਹੇ ਟਰਾਲੇ ਦੇ ਨਾਲ ਹੋਈ, ਜਿਸ ਦੇ ਵਿੱਚ ਲਾੜੇ ਸਮੇਤ ਬਾਕੀਆਂ ਦੀ ਜਾਨ ਗਈ। ਕਈ ਜਣੇ ਜ਼ਖਮੀ ਵੀ ਦੱਸੇ ਜਾ ਰਹੇ ਨੇ। ਵਿਆਹ ਵਾਲੀ ਕਾਰ ਅਬੋਹਰ ਦੇ ਵੱਲੋਂ ਆ ਰਹੀ ਸੀ। ਕਾਰ ਦੇ ਵਿੱਚ ਸਵਾਰ ਲੋਕਾਂ ਨੂੰ ਲੁਧਿਆਣਾ ਦੇ ਕੋਲ ਬੱਦੋਵਾਲ ਪਹੁੰਚ ਕੇ ਵਿਆਹ ਦੇ ਵਿੱਚ ਉਹਨਾਂ ਨੇ ਸ਼ਾਮਿਲ ਹੋਣਾ ਸੀ। ਸਵੇਰੇ 5 ਵਜੇ ਇਹ ਹਾਦਸਾ ਹੋਇਆ। ਸਵੇਰੇ ਸਵੇਰੇ ਬਰਾਤ ਲੈ ਕੇ ਨਿਕਲਿਆ ਸੀ ਇਹ ਪਰਿਵਾਰ, ਤਾਂ ਜੋ ਸਮੇਂ ਦੇ ਨਾਲ ਆਪਣੀ ਲਾੜੀ ਨੂੰ ਉਹ ਘਰ ਲਿਆ ਸਕਣ। ਸ਼ੁਰੂਆਤੀ ਜਾਂਚ ਦੇ ਮੁਤਾਬਕ ਲੁਧਿਆਣਾ ਦੇ ਬੱਦੋਵਾਲ ਦੇ ਵਿੱਚ ਸੁਸਾਇਟੀ 21 ਲੜਕੀਆਂ ਦਾ ਸਮੂਹਿਕ ਵਿਆਹ ਕਰਵਾ ਰਹੀ ਸੀ, ਜਿੱਥੇ ਜਲਾਲਾਬਾਦ ਦੇ ਜੋੜੇ ਦਾ ਵੀ ਵਿਆਹ ਹੋਣਾ ਸੀ। ਇਸ ਦੇ ਲਈ ਕੁੜੀ ਪੱਖ ਦੇ ਲੋਕ ਪਹਿਲਾਂ ਹੀ ਪਹੁੰਚ ਚੁੱਕੇ ਸਨ। ਹਾਲਾਂਕਿ ਸਵੇਰੇ ਮੁੰਡੇ ਦੇ ਅਜਿਹੇ ਹਾਦਸੇ ਦਾ ਸ਼ਿਕਾਰ ਹੋਣ ਦੀ ਖਬਰ ਜਦੋਂ ਉਹਨਾਂ ਦੇ ਕੋਲ ਪਹੁੰਚੀ ਤਾਂ ਉਹ ਇਹ ਦੁੱਖ ਸਹਾਰ ਨਹੀਂ ਪਾ ਰਹੇ। ਬੇਹੱਦ ਹੀ ਦੁਖਦ ਤਸਵੀਰਾਂ ਸਾਹਮਣੇ ਆਈਆਂ, ਜਿਸ ਦੇ ਵਿੱਚ ਇੱਕ ਮਾਸੂਮ ਬੱਚੇ ਤੱਕ ਦੀ ਵੀ ਜਾਨ ਗਈ ਹੈ। ਮੌਕੇ 'ਤੇ ਜਾਂਚ ਦੇ ਲਈ ਪਹੁੰਚੇ ਪੁਲਿਸ ਅਧਿਕਾਰੀਆਂ ਮੁਤਾਬਕ ਹਾਦਸੇ ਦੇ ਵਿੱਚ ਸੁਖਵਿੰਦਰ ਸਿੰਘ ਨਾਮ ਦੇ ਲਾੜੇ ਸਮੇਤ 3 ਲੋਕ ਮੌਕੇ 'ਤੇ ਦਮ ਤੋੜ ਗਏ, ਜਦੋਂ ਕਿ ਇੱਕ ਨੂੰ ਹਸਪਤਾਲ ਲਿਜਾਇਆ ਗਿਆ। ਮ੍ਰਿਤਕਾਂ ਦੀ ਪਹਿਚਾਣ ਸਤਨਾਮ ਸਿੰਘ, ਬੱਚੀ ਅਰਸ਼ਦੀਪ ਕੌਰ ਦੇ ਰੂਪ ਦੇ ਵਜੋਂ ਹੋਈ। ਪਰਿਵਾਰ ਦੇ 3 ਹੋਰ ਸਦੱਸਯ ਜਿਨ੍ਹਾਂ ਦਾ ਇਲਾਜ ਜਾਰੀ ਹੈ, ਪਰ ਉਹਨਾਂ ਦੀ ਹਾਲਤ ਬੇਹੱਦ ਹੀ ਗੰਭੀਰ ਬਣੀ ਹੋਈ ਹੈ। ਹੁਣ ਤੱਕ ਇਹੀ ਪਤਾ ਲੱਗ ਰਿਹਾ ਕਿ ਹਾਦਸਾ ਜ਼ਿਆਦਾ ਧੁੰਦ ਦੇ ਕਾਰਨ ਹੋਇਆ। ਹਾਦਸੇ ਦੇ ਵਿੱਚ ਜਾਨ ਗਵਾਉਣ ਵਾਲੀ ਮਾਸੂਮ ਬੱਚੀ, ਜਿਸ ਦੀ ਉਮਰ ਕਰੀਬ 4 ਸਾਲ ਹੈ, ਇਹ ਵੀ ਇਸ ਹਾਦਸੇ ਦਾ ਸ਼ਿਕਾਰ ਹੋਈ। ਘਟਨਾ ਦੇ ਵਿੱਚ ਜ਼ਖਮੀ ਸੀਮਾ ਰਾਣੀ ਨਾਮ ਦੀ ਇੱਕ ਔਰਤ, ਜੋ ਕਿ ਫਰੀਦਕੋਟ ਰੈਫਰ ਕੀਤਾ ਗਿਆ। ਦੇਖਣ ਵਾਲਿਆਂ ਦਾ ਇਹੀ ਕਹਿਣਾ ਸੀ ਕਿ ਸਾਰੇ ਹੀ ਗੰਭੀਰ ਰੂਪ ਦੇ ਨਾਲ ਜ਼ਖਮੀ ਨੇ। ਹਾਲੇ ਉਹਨਾਂ ਬਾਰੇ ਵੀ ਕੁਝ ਕਿਹਾ ਨਹੀਂ ਜਾ ਸਕਦਾ। ਦੀਪ ਜੀ, ਗੱਲ ਪਤਾ ਕੀ ਹੈ, ਐਕਸੀਡੈਂਟ ਹੋਇਆ ਧੁੰਦ ਕਾਰਨ ਹੋਇਆ, ਕਿਉਂਕਿ ਟਰੱਕ ਸੀ ਖੜ੍ਹਾ, ਇਹ ਗੱਡੀ ਵਿਆਹ ਵਾਲੀ ਹੈ ਜਿਹੜੀ ਇਹਦੇ ਵਿੱਚ ਵੱਜੀ ਹੈ। ਇੱਕ ਪੇਸ਼ੈਂਟ ਰੈਫਰ ਕੀਤਾ ਇੱਥੋਂ ਮੋਗੇ ਤੋਂ ਫਰੀਦਕੋਟ ਨੂੰ। ਕਿੰਨੇ ਜਣੇ ਸਵਾਰ ਸੀ ਗੱਡੀ 'ਚ, ਕਿੱਥੋਂ ਆ ਰਹੇ ਸੀ? ਸਵਾਰ ਇਹ ਬਰਾਤ ਆ ਰਹੀ ਸੀ ਇੱਧਰ ਫਾਜ਼ਿਲਕਾ ਤੋਂ, ਤਾਂ ਇਹਨਾਂ ਨੇ ਮੇਰਾ ਖਿਆਲ ਪਤਾ ਨਹੀਂ ਕਿੱਥੇ ਜਾਣਾ ਸੀਗਾ। ਅਤੇ ਐਕਸੀਡੈਂਟ ਕਿੱਥੇ ਹੋਇਆ ਜੀ? ਇਹ ਐਕਸੀਡੈਂਟ ਹੋਇਆ ਜੈਤਵਾਲ ਟੱਪ ਕੇ। ਕਾਹਦੇ ਵਿੱਚ ਵੱਜੀ, ਕਾਹਦੇ 'ਚ? ਇੱਕ ਟਰੱਕ ਖੜ੍ਹਾ ਸੀਗਾ, ਟਰੱਕ ਖੜ੍ਹੇ ਦੇ ਵਿੱਚ ਵੱਜੀ ਹੈ। ਕ੍ਰੇਜ ਸਿੰਘ ਹੈ ਜਿਹੜਾ ਅਸੀਂ ਲੈ ਕੇ ਆਏ ਹਾਂ, ਸਨ ਆਫ ਸਤਨਾਮ ਸਿੰਘ ਹੈ। ਇੱਕ ਬੱਚੀ ਹੈ 4 ਸਾਲ ਦੀ ਜਿਹੜੀ ਉਹ ਅਸੀਂ ਲੈ ਕੇ ਆਏ ਹਾਂ। ਅਤੇ ਜੰਗ ਦੁੱਲੇ ਦੀ ਵੀ ਮੌਤ ਹੋਈ ਹੈ ਜੀ। ਉਹਦਾ ਕੀ ਨਾਂ ਹੈ? ਉਹਦਾ ਨਾਂ ਨਹੀਂ ਮੈਨੂੰ ਹਾਲੇ ਪੂਰਾ ਕਨਫਰਮ, ਉਹ ਜਗਰਾਉਂ ਹੈ। ਮੌਤ ਕਿਹਦੇ ਨਾਲ ਹੋਇਆ ਟੋਟਲ? ਬੋਤਲ ਹੋ ਗਈ ਹੈ ਜੀ ਤਕਰੀਬਨ 3। ਰੈਫਰ? ਰੈਫਰ ਇੱਕ ਇੱਥੋਂ ਫਰੀਦਕੋਟ ਨੂੰ ਹੋਇਆ, ਅਤੇ ਬਾਕੀ ਹਾਲੇ ਉੱਥੇ ਲੁਧਿਆਣੇ ਜਗਰਾਉਂ ਤੋਂ ਪਤਾ ਲੱਗੂਗਾ ਵੀ ਕਿਹੜੇ ਕਿਹੜੇ ਗਏ। ਸਨੈਸੀ ਜੀ, ਤੁਹਾਡੇ ਉੱਥੇ ਹਾਲਾਤ ਦੇਖੋ ਜੀ, ਕਾਰ ਦੇ ਤਾਂ ਬਹੁਤ ਮਾੜੇ ਆ, ਉਹ ਫੋਟੋਆਂ ਵੀ ਖਿੱਚੀਆਂ ਦੇ ਦਿੰਦੇ ਤੁਹਾਨੂੰ, ਪਰ ਲੇਕਿਨ ਜਿਹੜਾ ਟਰੱਕ ਖੜ੍ਹਾ ਹੈ ਉਹ ਸਾਈਡ 'ਤੇ ਖੜ੍ਹਾ ਹੈ। ਉਹਨੇ ਮਾਲਕ ਜਾਣਦਾ ਵੀ ਧੁੰਦ ਕਾਰਨ ਜਿਹੜਾ ਇਹ ਕਿਸੇ ਦੀ ਗਲਤੀ ਤਾਂ ਨਹੀਂ ਮੰਨੀ ਜਾ ਸਕਦੀ, ਪਰ ਲੇਕਿਨ ਉਹ ਤਾਂ ਪੁਲਿਸ ਜਾਂਚ ਕਰ ਰਹੀ ਹੈ, ਉਹ ਤੋਂ ਪਤਾ ਲੱਗੂ। ਟਰੱਕ ਦੇ ਵਿੱਚ ਟਰੱਕ ਲੋਡ ਹੈ ਜੀ। ਅਸੀਂ ਇਹ ਕਿੱਧਰੋਂ ਆ ਰਹੇ ਸੀ, ਕਿੱਧਰ ਕੌਣ ਜਾ ਰਹੇ? ਇਹ ਆ ਰਹੇ ਸੀ, ਬਰਾਤ ਆ ਰਹੀ ਸੀ ਫਾਜ਼ਿਲਕਾ ਤੋਂ। ਇਹ ਜਾ ਗਾਂ ਅੱਗੇ ਨਹੀਂ ਮੈਨੂੰ ਪਤਾ ਵੀ ਕਿਹੜੇ ਥਾਂ ਜਾ ਰਹੀ ਸੀ, ਕਿਉਂਕਿ ਕੋਈ ਦੱਸਣ ਦੀ ਸਥਿਤੀ 'ਚ ਨਹੀਂ ਸੀਗਾ ਵੀ ਬਰਾਤ ਕਿੱਥੇ ਜਾ ਰਹੀ ਸੀ।